ਪੁਲਿਸ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ احمد ਅਤੇ ਉਸਦੇ ਭਰਾ ਅਸ਼ਰਫ احمد ਦੇ ਕਤਲ ਮਾਮਲੇ ਦੇ ਵਿੱਚ ਐਤਵਾਰ ਸਵੇਰੇ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਪਰਚਾ ਦਰਜ ਕਰ ਲਿਆ ਪੁਲਿਸ ਨੇ ਦੱਸਿਆ ਕਿ ਪ੍ਰਿਆਗਰਾਜ ਦੇ ਧੂਮਨ ਗੰਜ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਮੋਰੀਆ ਨੇ ਸ਼ਾਗੰਜ ਥਾਣੇ ਦੇ ਵਿੱਚ ਐਫਆਈਆਰ ਦਰਜ ਕਰਵਾਈ ਹੈ ਜਿਸ ਮੁਤਾਬਿਕ ਅਤੀਕ احمد ਅਤੇ ਅਸ਼ਰਫ ਦੇ ਕਤਲ ਮਾਮਲੇ ਦੇ ਵਿੱਚ ਲਵਲੇਸ਼ ਤਿਵਾੜੀ ਬਾਂਦਾ ਦਾ ਰਹਿਣ ਵਾਲਾ ਮੋਹਿਤ ਉਰਫ ਸੰਨੀ ਹਮੀਰਪੁਰ ਦਾ ਰਹਿਣ ਵਾਲਾ ਤੇ ਅਰुण ਮੋਰੀਆ ਕਾਸਗੰਜ ਏਟਾ ਦਾ ਰਹਿਣ ਵਾਲਾ ਨੇ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ यूपी ਦੇ ਸਾਬਕਾ ਸੰਸਦ ਮੈਂਬਰ ਤੇ ਬਾਹੂਬਲੀ ਲੀਡਰ ਅਤੀਕ احمد ਅਤੇ ਉਸਦੇ ਭਰਾ اشرف ਦਾ ਸ਼ਨੀਚਰਵਾਰ 15 ਅਪ੍ਰੈਲ ਦੀ ਰਾਤ ਨੂੰ ਪ੍ਰਿਆਗਰਾਜ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਵਕਤ ਜਦੋਂ ਪੁਲਿਸ ਅਤੀਕ احمد ਅਤੇ ਉਸਦੇ ਭਰਾ اشرف ਨੂੰ ਮੈਡੀਕਲ ਜਾਂਚ ਦੇ ਲਈ ਹਸਪਤਾਲ ਲਿਜਾ ਰਹੀ ਸੀ ਦੋਵੇਂ ਭਰਾ ਪੁਲਿਸ ਦੇ ਸੁਰੱਖਿਆ ਘੇਰੇ ਦੇ ਵਿੱਚ ਸਨ ਉਸੇ ਵਕਤ ਮੀਡੀਆ ਕਰਮੀਆਂ ਸਾਹਮਣੇ ਆਏ ਤੇ ਜਦੋਂ ਮੀਡੀਆ ਦੇ ਸਵਾਲਾਂ ਦਾ ਦੋਵੇਂ ਭਰਾ ਜਵਾਬ ਦੇਣ ਲੱਗੇ ਤਾਂ ਐਨ ਉਸੇ ਵਕਤ ਤਿੰਨ ਹਮਲਾਵਰਾਂ ਨੇ ਟੜਾ ਟੜਾ ਦੋਵਾਂ ਦੇ ਉੱਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਦੋ ਮਨੂ ਥਾਂ ਤੇ ਹੀ ਖਤਮ ਕਰ ਦਿੱਤਾ ਪੁਲਿਸ ਨੇ ਹਮਲਾਵਰਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਹਮਲਾਵਰਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲਾਏ ਅਤੀਕ ਅਤੇ ਅਸ਼ਰਫ ਸਾਬਕਾ ਵਿਧਾਇਕ ਰਾਜੂਪਾਲ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਸਨ ਤੇ ਉਸੇ ਸਿਲਸਿਲੇ ਦੇ ਵਿੱਚ ਡਾਕਟਰੀ ਜਾਂਚ ਦੇ ਲਈ ਇਹਨਾਂ ਨੂੰ ਰਾਤ ਨੂੰ ਲਿਜਾਇਆ ਜਾ ਰਿਹਾ ਸੀ ਇਸ ਤੋਂ ਦੋ ਦਿਨ ਪਹਿਲਾਂ ਵੀਰਵਾਰ ਨੂੰ ਅਤੀਕ احمد ਦੇ ਪੁੱਤਰ ਅਸਦ احمد ਅਤੇ ਉਸਦੇ ਨਾਲ ਮੌਜੂਦ ਸਾਥੀ ਗੁਲਾਮ ਮੁਹੰਮਦ ਨੂੰ ਯੂਪੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਚਾਂਸੀ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀ ਇਕ ਨੂੰ ਆਪਣੇ ਪੁੱਤ ਦੇ ਜਨਾਜ਼ੇ ਦੇ ਵਿੱਚ ਜਾਣ ਦੀ ਇਜਾਜ਼ਤ ਵੀ ਨਹੀਂ ਮਿਲੀ ਸੀ ਹਾਲੇ ਉਹ ਆਪਣੇ ਪੁੱਤ ਦੀ ਮੌਤ ਦਾ ਸੋਗ ਹੀ ਮਨਾ ਰਿਹਾ ਸੀ ਕਿ ਉਸ ਨੂੰ ਉਸਦੇ ਭਰਾ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੱਡੀ ਵਾਰਦਾਤ ਤੋਂ ਬਾਅਦ ਯੂਪੀ ਦੇ ਵਿੱਚ ਦਫਾ 44 ਲਾ ਦਿੱਤੀ ਗਈ ਹੈ 17 ਪੁਲਿਸ ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਨੇ ਪ੍ਰਯਾਗਰਾਜ ਸਮੇਤ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਤਿੰਨ ਮੈਂਬਰੀ ਜਾਂਚ ਕਮਿਸ਼ਨ ਬਿਠਾ ਦਿੱਤਾ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਰਕਾਰੀ ਰਿਹਾਇਸ਼ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਦੋਵਾਂ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਪਤਾ ਲੱਗਿਆ ਕਿ ਮੁੱਢਲੀ ਜਾਂਚ ਵਿੱਚ ਹਮਲਾਵਰਾਂ ਨੇ ਦੱਸਿਆ ਕਿ ਉਹ ਵੱਡਾ ਮਾਫੀਆ ਗੈਂਗ ਬਣਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਵਾਰ ਦਾਤ ਨੂੰ ਅੰਜਾਮ ਦਿੱਤਾ ਤਿੰਨੇ ਕਾਤਲਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਤਿੰਨੇ ਹੀ ਕਾਫੀ ਸਮਾਂ ਪਹਿਲਾਂ ਘਰ ਛੱਡ ਚੁੱਕੇ ਸਨ ਤੇ ਤਿੰਨਾਂ ਦਾ ਆਪਣੇ ਪਰਿਵਾਰਾਂ ਦੇ ਨਾਲ ਕੋਈ ਰਾਬਤਾ ਨਹੀਂ ਹੈ ਇਹਨਾਂ ਦੋਵੇਂ ਭਰਾਵਾਂ ਦੇ ਕਤਲ ਤੋਂ ਬਾਅਦ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਅਤੀਕ ਅਹਿਮਦ ਨੇ ਕਤਲ ਤੋਂ 2 ਹਫ਼ਤੇ ਪਹਿਲਾਂ ਯੂਪੀ ਪੁਲਿਸ ਦੀ ਹਿਰਾਸਤ ਦੌਰਾਨ ਸੁਰੱਖਿਆ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ 28 ਮਾਰਚ ਨੂੰ ਸੁਪਰੀਮ ਕੋਰਟ ਨੇ ਅਪੀਲ ਰੱਦ ਕੀਤੀ ਸੀ ਹਾਲਾਂਕਿ ਸੁਪਰੀਮ ਕੋਰਟ ਨੇ ਇੱਕ ਅਸੀਂ ਕੇ ਤੀਕ ਅਮਨ ਦੀ ਜਾਨ ਤੇ ਖਾਤਰੇ ਦੀ ਹਾਲਤ ਵਿੱਚ ਯੂਪੀ ਸਰਕਾਰ ਦੀ ਮਸ਼ੀਨਰੀ ਉਸ ਦੀ ਇਫਹਾਜ਼ਤ ਕਰੇਗੀ ਅਦਾਲਤ ਨੇ ਵੀ ਕਿਹਾ ਸੀ ਕਿ ਹਾਸੀ ਕੇ ਉਚੌਣ ਤਾ ਸੁਰੱਖਿਆ ਦੀ ਮੰਗ ਨੂੰ ਲੈ ਕੇ ਲਾਹਾਂਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਨੇ ਇਸ ਵੱਡੀ ਵਾਰਦਾਤ ਤੋਂ ਬਾਅਦ ਸੂਬੇ ਦੀ ਸਿਆਸਤ ਪੱਕ ਗਈ ਹੈ ਮੁੱਖ ਮੰਤਰੀ ਯੋਗੀ ਦੇ ਅਸਤੀਫੇ ਦੀ ਮੰਗ ਉੱਠ ਰਹੀ ਹੈ ਲੋਕ ਸਭਾ ਮੈਂਬਰ ਤੇ ਏਆਈ ਐਮਆਈਐਮ ਦੇ ਮੁਖੀ ਅਸਾਉਦੀਨ ਓਵੈਸੀ ਨੇ ਯੂਪੀ ਸਰਕਾਰ ਪ੍ਰਤੀ ਸਖਤ ਨਰਾਜ਼ਗੀ ਪ੍ਰਗਟਾਈ ਹੈ ਓਵੈਸੀ ਨੇ ਕਿਹਾ ਕਿ ਪੂਰੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਬਣਦੀ ਹੈ ਅਸੀਂ ਉਹਨਾਂ ਦੇ ਸਤੀਫੇ ਦੀ ਮੰਗ ਕਰਦੇ ਹਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਉੱਥੇ ਮੌਜੂਦ ਸਾਰੇ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾਇਆ ਜਾਵੇ ਉਵੈਸੀ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਵੇ ਉਹਨਾਂ ਸਵਾਲ ਵੀ ਕੀਤੇ ਕਿ ਕਾਤਲਾਂ ਨੂੰ ਹਥਿਆਰ ਕਿਵੇਂ ਮਿਲੇ ਕਤਲ ਤੋਂ ਬਾਅਦ ਉਹ ਧਾਰਮਿਕ ਨਾਅਰੇ ਕਿਉਂ ਲਾ ਰਹੇ ਸਨ ਉਹਨਾਂ ਨੂੰ ਅਤਵਾਦੀ ਨਹੀਂ ਤਾਂ ਕੀ ਕਹੋਗੇ ਕਿ ਤੁਸੀਂ ਉਹਨਾਂ ਨੂੰ ਦੇਸ਼ ਭਗਤ ਕਹੋਗੇ ਉਵੈਸੀ ਨੇ ਕਿਹਾ ਕਿ ਇਹ ਕਤਲ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰਦਾ ਹੈ ਕਾਂਗਰਸ ਨੇ ਵੀ ਇਸ ਕਤਲ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰ ਅਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਉਹਨਾਂ ਲੋਕਾਂ ਨੇ ਬਣਾਇਆ ਜੋ ਆਜ਼ਾਦੀ ਦੇ ਲਈ ਲੜੇ ਸਨ ਸਾਡੇ ਸੰਵਿਧਾਨ ਤੇ ਕਾਨੂੰਨ ਨੂੰ ਉੱਚ ਸਥਾਨ ਪ੍ਰਾਪਤ ਹੈ ਇਸ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ ਅਪਰਾਧੀ ਦੀ ਸਜ਼ਾ ਦੇ ਫੈਸਲੇ ਦਾ ਅਧਿਕਾਰ ਵੀ ਨਿਆਂਪਾਲਿਕਾ ਦਾ ਹੁੰਦਾ ਹੈ ਇਹ ਅਧਿਕਾਰ ਕਿਸੇ ਸਰਕਾਰ ਨੂੰ ਕਿਸੇ ਲੀਡਰ ਨੂੰ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਨਹੀਂ ਦਿੱਤਾ ਜਾ ਸਕਦਾ ਕਿਸੇ ਵੀ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹਦੇ ਲਈ ਅਦਾਲਤਾਂ ਨੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨਾ ਕੇਵਲ ਅਰਾਜਕਤਾ ਨੂੰ ਹੀ ਜਨਮ ਦਿੰਦਾ ਹੈ ਤ੍ਰਿੰਰਮੂਲ ਕਾਂਗਰਸ ਦੇ ਲੀਡਰ ਮਉਵਾ ਮৈত্র ਨੇ ਕਿਹਾ ਹੈ ਕਿ ਭਾਜਪਾ ਨੇ ਦੇਸ਼ ਨੂੰ ਇੱਕ ਮਾਫੀਆ ਰਿਪਬਲਿਕ ਦੇ ਵਿੱਚ ਬਦਲ ਦਿੱਤਾ ਹੈ ਯਾਨੀ ਮੈਂ ਇੱਕ ਗੱਲ ਦੇਸ਼ ਦੇ ਵਿੱਚ ਵੀ ਕਹੂੰਗੀ ਵਿਦੇਸ਼ ਵਿੱਚ ਵੀ ਕਹੂੰਗੀ ਹਰ ਥਾਂ ਤੇ ਕਹੂੰਗੀ ਕਿਉਂਕਿ ਇਹ ਹੀ ਸੱਚ ਹੈ ਹਿਰਾਸਤ ਦੇ ਵਿੱਚ ਦੋ ਲੋਕਾਂ ਦੀ ਵੱਡੀ ਗਿਣਤੀ ਵਿੱਚ ਪੁਲਿਸ ਵਾਲਿਆਂ ਤੇ ਕੈਮਰਿਆਂ ਦੇ ਸਾਹਮਣੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਰੂਲ ਆਫ ਲਾ ਦੀ ਮੌਤ ਹੈ ਯਾਨੀ ਕਿ ਕਾਨੂੰਨ ਦੇ ਰਾਜ ਦੀ ਮੌਤ ਹੈ ਇੱਕ ਹੋਰ ਟਵੀਟ ਦੇ ਵਿੱਚ ਮਊਆ ਮৈত্রਾ ਨੇ ਕਿਹਾ ਕਿ ਉਹ ਇਸ ਗੱਲ ਤੇ ਯਕੀਨ ਕਰ ਸਕਦੀ ਹੈ ਕਿ ਸਤਿਆਪਾਲ ਮਲਿਕ ਦੇ ਇੰਟਰਵਿਊ ਦੇ ਨਾਲ ਲੋਕਾਂ ਦਾ ਧਿਆਨ ਪਾਸੇ ਹਟਾਉਣ ਦੇ ਲਈ ਅਤੀਕ ਅਹਿਮਦ ਨੂੰ ਮਾਰਿਆ ਗਿਆ ਹੈ ਰਾਸ਼ਟਰਪਤੀ ਸੰਸਦ ਮੈਂਬਰ ਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਯੂਪੀ ਦੇ ਵਿੱਚ ਦੋ ਕਤਲ ਹੋਏ ਨੇ ਇੱਕ ਅਤੀਕ ਤੇ ਉਸਦੇ ਭਰਾ ਅਸ਼ਰਫ ਦਾ ਤੇ ਦੂਸਰਾ ਕਾਨੂੰਨ ਵਿਵਸਥਾ ਦਾ ਦਰਅਸਲ ਇਸ ਕਤਲ ਦੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸत्यपाल ਮਲਿਕ ਨੇ ਜਾਣੇ ਪਛਾਣੇ ਪੱਤਰਕਾਰ ਕਰਨ ਥਾਪਰ ਨੂੰ ਇੰਟਰਵਿਊ ਦਿੱਤਾ ਜਿਸ ਵਿੱਚ 2019 ਦੇ ਪੁਲਵਾਮਾ ਹਮਲੇ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਸत्यपाल ਮਲਿਕ ਨੇ ਸੰਸਨੀ ਖੇਜ ਦਾਅਵੇ ਕੀਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ 2019 ਦੇ ਵਿੱਚ ਕਸ਼ਮੀਰ ਦੇ ਪੁਲਵਾਮਾ ਚ ਸੀਆਰਪੀਐਫ قافلے ਤੇ ਹੋਇਆ ਹਮਲਾ ਸਿਸਟਮ ਦੀ ਅਸਮਰਥਾ ਤੇ ਲਾਪਰਵਾਹੀ ਦਾ ਨਤੀਜਾ ਸੀ ਇਸ ਲਈ ਉਹਨਾਂ ਨੇ ਸੀਆਰਪੀਐਫ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਖਾਸ ਤੌਰ ਤੇ ਜ਼ਿੰਮੇਵਾਰ ਦੱਸਿਆ ਤੇ ਉਸ ਵਕਤ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੰ ਹਾਲਾਂਕਿ ਸਤਿਆਪਾਲ ਮਲਿਕ ਦੇ ਇਲਜ਼ਾਮਾਂ ਨੂੰ ਭਾਜਪਾ ਨੇ ਰੱਦ ਕਰ ਦਿੱਤਾ ਤੇ ਉਹਨਾਂ ਦੀ ਭਰੋਸੇਯੋਗਤਾ ਤੇ ਵੀ ਸਵਾਲ ਚੁੱਕੇ ਨੇ ਤੇ ਅਤੀਕ احمد ਤੇ ਉਸਦੇ ਭਰਾ ਦੇ ਕਤਲ ਤੋਂ ਬਾਅਦ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਸਤਿਆਪਾਲ ਮਲਿਕ ਦੇ ਇੰਟਰਵਿਊ ਤੋਂ ਧਿਆਨ ਹਟਾਉਣ ਦੇ ਲਈ ਇਸ ਵੱਡੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ